ਰਚਪਾਲ ਕੋਰ ਗਿਲ ਦੀ ਪੁਸਤਕ ਟਾਣੀਓ ਟੁੱਟੇ ਦੀ ਕਹਾਣੀ ਹੈ ਐਹਸਾਨ ਕੰਨ ਦੇ ਪਰਦੇ ਦਾ ਆਪਰੇਸ਼ਨ ਹੋਣ ਕਰਕੇ ਮੈਂ 2-3 ਹਫ਼ਤਿਆਂ ਦੀਆਂ ਛੁੱਟੀਆਂ ਲਈਆਂ ਹੋਈਆਂ ਸਨ 2 ਕੁ ਹਫ਼ਤੇ ਬਾਅਦ ਡਾਕਟਰ ਨੂੰ ਕੰਨ ਦਿਖਾਇਆ ਤਾਂ ਉਹਨੇ ਕਿਹਾ ਕਿ ਆਪਰੇਸ਼ਨ ਠੀਕ ਹੋਇਆ ਤੇਰਾ ਕੰਨ ਵੀ ਠੀਕ ਹੈ ਪਰ ਉੱਚੀ ਆਵਾਜ਼ ਸੁਣਨ ਜਾਂ ਬੋਲਣ ਤੋਂ ਪਰਹੇਜ਼ ਜ਼ਰੂਰ ਕਰਨਾ ਇਹਨਾਂ 2 ਕੁ ਹਫ਼ਤਿਆਂ ਤੋਂ ਬਾਅਦ ਮੈਂ ਸੋਚਿਆ ਕਿ ਸਾਰਾ ਦਿਨ ਘਰ ਬੈਠੀ ਨੇ ਕੀ ਕਰਨਾ ਸ਼ਾਮ ਨੂੰ ਗੁਰਦੁਆਰੇ ਜਾ ਕੇ ਕੀਰਤਨ ਹੀ ਸੁਣ ਲੈਣੀ ਆ ਮੈਂ ਲਗਾਤਾਰ 2-3 ਦਿਨ ਸਭ ਤੋਂ ਪਿੱਛੇ ਕੰਧ ਨਾਲ ਲੱਗ ਕੇ ਬੈਠ ਜਾਂਦੀ ਉੰਜ ਮੈਨੂੰ ਪਿੱਛੇ ਕੰਧ ਨਾਲ ਬੈਠਣਾ ਜ਼ਰਾ ਵੀ ਪਸੰਦ ਨਹੀਂ ਸੀ ਖੈਰ ਮਜਬੂਰੀ ਅੱਗੇ ਕੀ ਜ਼ੋਰ ਹੁੰਦਾ ਸ਼ਾਮ ਨੂੰ ਕੀਰਤਨ ਸ਼ੁਰੂ ਹੋਇਆ ਪਹਿਲਾਂ ਹੀ ਕੁਝ ਕੁ ਬੀਬੀਆਂ ਗੁਰਦੁਆਰੇ ਆ ਕੇ ਕਿਚਨ 'ਚ ਲੰਗਰ ਤਿਆਰ ਕਰਨ ਦੀ ਸੇਵਾ ਕਰ ਰਹੀਆਂ ਸਨ ਤੇ ਨਾਲ-ਨਾਲ ਆਪਣੇ ਘਰਾਂ ਦੇ ਦੁੱਖ ਸੁੱਖ ਵੀ ਸਾਂਝੇ ਕਰ ਰਹੀਆਂ ਸਨ ਉਹਨਾਂ ਚੋ ਦੋ ਬੀਬੀਆਂ ਤਾਂ ਜਿਵੇਂ ਪੱਕੀਆਂ ਸਹੇਲੀਆਂ ਹੁਣ ਇਕੱਠੀਆਂ ਆਉਂਦੀਆਂ ਜਾਂਦੀਆਂ ਇਕੱਠੀਆਂ ਹੀ ਬੈਠਦੀਆਂ ਕੁਝ ਦਿਨ ਲਗਾਤਾਰ ਜਾਣ ਕਰਕੇ ਮੇਰੀ ਵੀ ਉਹਨਾਂ ਨਾਲ ਮਾਮੂਲੀ ਜੀ ਵਕਫੀ ਹੋ ਗਈ ਇੱਕ ਦੂਜੇ ਦਾ ਹਾਲਚਾਲ ਪੁੱਛਣ ਤੱਕ ਹੀ ਸੀ ਉਹਨਾਂ ਦੀਆਂ ਗੱਲਾਂ 'ਚ ਮੈਂ ਹੁੰਘਾਰਾ ਤਾਂ ਕੋਈ ਨਾ ਦਿੰਦੀ ਪਰ ਸੁਣਨ 'ਚ ਬਹੁਤ ਮਜ਼ਾ ਆਉਂਦਾ ਇੰਜ ਲੱਗਦਾ ਜਿਵੇਂ ਉਹਨਾਂ ਤੋਂ ਮਿਲੀ ਜਾਣਕਾਰੀ ਸ਼ਾਇਦ ਕਿਸੇ ਅਖਬਾਰ, ਰੇਡੀਓ ਜਾਂ ਟੈਲੀਵਿਜ਼ਨ ਤੋਂ ਵੀ ਨਾ ਮਿਲੇ ਪੁੱਛਣ ਤੇ ਪਤਾ ਲੱਗਾ ਇਹ ਦੂਰੋਂ ਨੇੜੇੋਂ ਰਿਸ਼ਤੇਦਾਰ ਵੀ ਹਨ ਇੱਕ ਦਿਨ ਕੁੜੀ ਜਦੋਂ ਉਹਨੂੰ ਗੁਰਦੁਆਰੇ ਛੱਡਣ ਆਉਂਦੀ ਤਾਂ ਰਾਤ ਚੋਂ ਦੂਜੀ ਨੂੰ ਵੀ ਚੁੱਕ ਲਿਆਉਂਦੀ ਮੈਂ ਵੀ ਤੀਸਰੇ ਇੱਕ ਦਿਨ ਲੰਗਰ ਦੀ ਰਸੋਈ ਚੋਂ ਥੋੜਾ ਜਿਹਾ ਸੇਵਾ ਕਰਕੇ ਗੁਰਦੁਆਰੇ ਦੇ ਮੇਨ ਹਾਲ 'ਚ ਸੰਗਤਾਂ ਤੋਂ ਪਿੱਛੇ ਕੰਧ ਨਾਲ ਬੈਠ ਗਈ ਕੀਰਤਨੀ ਜੱਥੇ ਨੇ ਬਹੁਤ ਹੀ ਮਨੋਹਰ ਆਵਾਜ਼ 'ਚ ਕੀਰਤਨ ਸ਼ੁਰੂ ਕੀਤਾ ਸੁਣ ਕੇ ਇੱਕਦਮ ਮਨ ਸ਼ਾਂਤ ਹੋਣ ਲੱਗਾ ਇੰਨੇ ਨੂੰ ਉਹ ਦੋਵੇਂ ਬੀਬੀਆਂ ਮੱਥਾ ਟੇਕ ਕੇ ਮੇਰੇ ਕੋਲ ਆ ਕੇ ਬੈਠ ਗਈਆਂ ਸਿਨੇਚਰ ਵਾਰ ਦੀ ਸ਼ਾਮ ਦਾ ਕੀਰਤਨ ਹੋਣ ਕਰਕੇ ਸੰਗਤ ਆਮ ਦਿਨਾਂ ਨਾਲੋਂ ਜ਼ਿਆਦਾ ਸੀ ਉਹਨਾਂ ਨੇ ਪਹਿਲਾਂ ਤਾਂ ਕੀਰਤਨੀ ਜੱਥੇ ਦੀ ਸਿਫਤ ਦੇ ਬੋਲ ਬੰਣਨੇ ਸ਼ੁਰੂ ਕੀਤੇ ਸੁਣਦੀ ਹੈ ਦਲਵੀਰ ਕੌਰ ਜੇ ਪ੍ਰਮਾਤਮਾ ਨੇ ਇਨ੍ਹਾਂ ਰਾਗੀਆਂ ਨੂੰ ਕਿੰਨੇ ਸੁਰੀਲੇ ਗਲੇ ਬਖਸ਼ੇ ਆ ਪਿਛਲੇ ਹਫ਼ਤੇ ਵਾਲੇ ਰਾਗੀ ਤਾਂ ਐਵੇਂ ਜੇ ਲੱਗਦੇ ਸੀ ਇਹ ਵੀ ਤਾਂ ਚੰਗੇ ਕਰਮਾਂ ਦੀ ਨਿਸ਼ਾਨੀ ਐ ਦਵਿੰਦਰ ਕੌਰ ਦਲਵੀਰ ਕੌਰ ਬੋਲੀ ਉਰ ਰਾਗੀਆਂ ਤੋਂ ਤੁਰੀਆਂ ਹੋਈਆਂ ਔਰਤਾਂ ਤੇ ਕੱਪੜਿਆਂ ਤੇ ਨਿਆਣਿਆਂ ਦੇ ਰੌਲਾ ਪਾਉਣ ਦੇ ਵਿਸ਼ੇ ਬਾਰੇ ਆਪਣੀ ਤਰ੍ਹਾਂ ਦੀ ਗੋਸ਼ਟੀ ਚ ਰੁੱਝੀਆਂ ਹੋਈਆਂ ਸਨ ਮੈਨੂੰ ਇੰਜ ਲੱਗਾ ਜਿਵੇਂ ਚੱਕੀ ਦੇ ਦੋਹਾਂ ਪੁੜਾਂ 'ਚ ਫਸ ਗਈ ਹਵਾਂ ਕਦੇ ਕੀਰਤਨ ਸੁਣਨ ਲਈ ਅੰਤਰ ਧਿਆਨ ਹੋਣ ਦੀ ਕੋਸ਼ਿਸ਼ ਕਰਦੀ ਤੇ ਕਦੇ ਉਹਨਾਂ ਦੀਆਂ ਗੱਲਾਂ ਦਾ ਚਸਕਾ ਲੈਂਦੀ ਇੱਕ ਦੋ ਵਾਰੀ ਸੋਚਿਆ ਵੀ ਕਿ ਇਹਨਾਂ ਨੂੰ ਕਹਿ ਦੇਵਾਂ ਕਿ ਚੁੱਪ ਕਰ ਜਾਓ ਫਿਰ ਸੋਚਿਆ ਮੈਂ ਗੁੱਸਾ ਕਰ ਲੈਣਗੀ ਆ ਨਾਲੇ ਮੈਂ ਕੌਣ ਹੁੰਦੀ ਆ ਅੱਗੋਂ ਕਹਿਣਗੀ ਆ ਕੱਲ ਦੀ ਭੂਤਨੀ ਤੇ ਸਿਵਿਆਂ ਚੱਦ ਅਸੀਂ ਇੰਨੇ ਚਿਰ ਦੀਆਂ ਇੱਥੇ ਸੇਵਾ ਕਰਨ ਆਉਂਦੀਆਂ ਤੇ ਇਹ ਅੱਜ ਹੀ ਆ ਕੇ ਸਾਨੂੰ ਮਤਾਂ ਦੇਣ ਲੱਗ ਪਈ ਐ ਕੋਈ 20 25 ਮਿੰਟ ਬਾਅਦ ਕੀਰਤਨ ਜਤ ਕੀਰਤਨੀ ਜਥੇ ਨੇ ਕੀਰਤਨ ਦੀ ਸਮਾਪਤੀ ਇਸ ਕਰਕੇ ਕਰ ਦਿੱਤੀ ਕਿ ਉਹਨਾਂ ਇੱਕ ਹੋਰ ਗੁਰਦੁਆਰੇ 'ਚ ਕਿਸੇ ਪਰਿਵਾਰ ਦੇ ਸਮਾਗਮ 'ਚ ਵੀ ਕੀਰਤਨ ਕਰਨ ਜਾਣਾ ਸੀ ਨਾਲੇ ਸੁਰੀਲੀ ਆਵਾਜ਼ ਵਾਲੀ ਕੀਰਤਨੀਆਂ ਦੀ ਤਾਂ ਹਰ ਹਰ ਗੁਰਦੁਆਰਾ ਬਾਹਾਂ ਖੋਲ੍ਹ ਕੇ ਉਡੀਕ ਕਰਦਾ ਹੈ ਤੇ ਕੀਰਤਨੀ ਜਥੇ ਤੋਂ ਬਾਅਦ ਇੱਕ ਕਥਾਵਾਚਕ ਬਾਬੇ ਨੇ ਕਥਾ ਕਰਨੀ ਸ਼ੁਰੂ ਕਰ ਦਿੱਤੀ ਉਦੀ ਕਥਾ ਦਾ ਵਿਸ਼ਾ ਸੀ انسان ਨੂੰ ਆਪਣੀ ਮੁਕਤੀ ਜਾਗਲੇ ਜਨਮ ਨੂੰ ਸਵਾਰਨ ਲਈ ਤੜਕਸਾਰ ਉੱਠ ਕੇ ਭਗਤੀ ਕਰਨੀ ਚਾਹੀਦੀ ਤੇ ਨਾਮ ਸਿਮਰਨ ਦੀ ਮਹਾਨਤਾ ਆਤ ਜਦੋਂ ਉਹਨੇ ਕਿਹਾ ਕਿ ਹਰ ਪ੍ਰਾਣੀ ਨੂੰ ਆਪਣੀ ਮੁਕਤੀ ਵਾਸਤੇ ਤੜਕੇ 4 ਵਜੇ ਉੱਠਣਾ ਜ਼ਰੂਰੀ ਹੈ ਮੈਂ ਸੋਚਣ ਲੱਗ ਪਈ ਸ਼ਾਇਦ ਇਹ ਕਥਾਵਾਚਕ ਵੀ ਆਪਣੀ ਥਾਂ ਤੇ ਠੀਕ ਹੋਏਗਾ ਪਰ ਜਿਹੜਾ ਵਿਅਕਤੀ ਸਵੇਰੇ 7 ਵਜੇ ਕੰਮ ਸ਼ੁਰੂ ਕਰਨ ਲਈ ਘਰੋਂ 5 ਜਾਂ 6 ਵਜੇ ਨਿਕਲ ਕੇ ਸ਼ਾਮ ਨੂੰ 5-6 ਵਜੇ ਸਾਰਾ ਦਿਨ ਕਿਰਤ ਕਰਕੇ ਘਰ ਆਉਂਦਾ ਹੈ। ਉਹਨੂੰ 7-8 ਘੰਟੇ ਸੌਣਾ ਵੀ ਜ਼ਰੂਰੀ ਹੈ। ਉਹ ਪਲਾ ਤੜਕੇ ਉੱਠ ਕੇ 4 ਵਜੇ ਭਗਤੀ ਕਿਵੇਂ ਕਰੇਗਾ? ਖਾਸ ਕਰਕੇ ਸਾਡੀਆਂ ਔਰਤਾਂ ਜਿਨ੍ਹਾਂ ਨੂੰ ਬਾਹਰ 7-8 ਘੰਟੇ ਕੰਮ ਕਰਨ ਤੋਂ ਬਾਅਦ ਘਰ ਦਾ ਰੋਟੀ ਪਾਣੀ ਕਰਨ ਦੇ ਨਾਲ ਬੱਚਿਆਂ ਦੀ ਸੰਭਾਲ ਵੀ ਕਰਨੀ ਪੈਂਦੀ ਹੈ। ਉਹ ਤਾਂ ਮੱਸੀਂ ਕਾਰਾਂ 'ਚ ਟੇਪਾਂ ਲਾ ਕੇ ਜਾਂ ਰਾਹ ਜਾਂਦੇ ਹੀ ਪਾਠ ਕਰ ਸਕਦੀਆਂ। ਫਿਰ ਉਹਨਾਂ ਦੀ ਮੁਕਤੀ ਦਾ ਕੀ ਬਣੂ? ਅਜਿਆਂ ਕਿੰਤੂ ਪ੍ਰੰਤੂ ਦੀ ਘਮਣ ਘੇਰੀ ਚ ਗਵਾਚੀ ਹੋਈ ਕਥਾ ਵਜਕਦੀ ਆਵਾਜ਼ ਨਾਲ ਉਹਨਾਂ ਬੀਬੀਆਂ ਦੀ ਆਵਾਜ਼ ਮੇਰੇ ਜ਼ਿਆਦਾ ਨੇੜੇ ਹੋਣ ਕਰਕੇ ਮੇਰਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਇਹਨਾਂ ਨੂੰ ਇੱਕ ਤਿੱਖੇ ਜੇ ਨੈਣ ਨਕਸ਼ਾ ਤੇ ਮਮੂਲੀ ਜੇ ਸੌਲੇ ਜੇ ਰੰਗ ਦੀ ਪੰਜੀ 26 ਸਾਲਾਂ ਦੀ ਮੁਟਿਆਰ ਤਿੰਨ ਕਸਾਲ ਦੀ ਬੱਚੀ ਦੀ ਉਂਗਲ ਫੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਲੱਗੀ ਤਾਂ ਉਹਦੇ ਨਾਲ ਦੇ ਪਾਸੇ ਇੱਕ 30 ਕੁ ਸਾਲਾਂ ਦੇ ਨੌਜਵਾਨ ਨੂੰ ਮੱਥਾ ਟੇਕਦਿਆਂ ਵੇਖ ਕੇ ਦਵਿੰਦਰ ਕੌਰ ਬੋਲੀ ਦੇਖਨੀ ਦਲਵੀਰ ਕੌਰੇ ਜੋੜੀ ਕਿੰਨੀ ਸੋਹਣੀ ਹੈ ਪਰਮਾਤਮਾ ਜੋੜੀਆਂ ਵੀ ਧੁਰੋਂ ਬਣਾ ਕੇ ਭੇਜਦਾ ਹੈ ਦਲਵੀਰ ਕੌਰ ਪੁੱਛਣ ਲੱਗੀ ਤੂੰ ਕਿਸ ਜੋੜੀ ਦੀ ਗੱਲ ਪਈ ਕਰਦੀ ਹੈ ਦਵਿੰਦਰ ਕੌਰ ਆਪਣੇ ਹੱਥ ਦੇ ਇਸ਼ਾਰੇ ਨੂੰ ਸਮਟਿਆਰ ਤੇ ਗੱਭਰੂ ਵੱਲ ਮੋੜ ਨਹੀਂ ਲੱਗੀ ਸੀ ਕਿ ਉਹ ਗੱਭਰੂ ਪ੍ਰਸ਼ਾਦ ਲੈ ਕੇ ਸੰਗਤ 'ਚ ਬੈਠ ਗਿਆ ਤੇ ਉਸ ਮੁਟਿਆਰ ਦੇ ਪਿੱਛੇ-ਪਿੱਛੇ ਤੁਰਿਆ ਜਾਂਦਾ 65 ਸਾਲਾਂ ਦਾ ਬੁੱਢਾ ਖੁੰਡੀ ਫੜੀ ਲੱਤਾਂ ਖੜੀਸਦਾ ਹੋਇਆ ਸਜੇ-ਸਜੇ ਉਹਦੇ ਕੋਲ ਜਾ ਪੁੱਜਾ ਦਵਿੰਦਰ ਕੌਰ ਦੇ ਹੱਥ ਦਾ ਇਸ਼ਾਰਾ ਦੇਖ ਕੇ ਦਲਵੀਰ ਕੌਰ ਆਪਣੇ ਹਾਸੇ ਨੂੰ ਰੋਕਦੀ ਹੋਈ ਕਹਿਣ ਲੱਗੀ ਨਹੀਂ ਭੈਣੇ ਇਹ ਤਾਂ ਸਾਡਾ ਗਵਾਂਢੀ ਤਾਰਾ ਤੇ ਉਹਦੀ ਘਰ ਵਾਲੀ ਨਿੰਮੋ ਆ ਦਵਿੰਦਰ ਕੌਰ ਮੂੰਹ 'ਚ ਉਂਗਲਾ ਪਾਉਂਦੀ ਬੋਲੀ ਹਾਏ ਮੈਂ ਮਰ ਜਾ ਮੈਂ ਤਾਂ ਸੋਚਦੀ ਸੀ ਉਹ ਸੋਹਣਾ ਸੁਨੱਖਾ ਮੁੰਡਾ ਉਹਦਾ ਘਰ ਵਾਲਾ ਹੀ ਐ ਤਾਂ ਹੀ ਤਾਂ ਮੈਂ ਸੋਹਣੀ ਜੋੜੀ ਦੀ ਗੱਲ ਕਰਦੀ ਸੀ ਤੂੰ ਤਾਂ ਉਹਨੂੰ ਉਸ ਬੁੱਢੇ ਨਾਲ ਜੋੜ ਕੇ ਮੇਰੀ ਸਾਰੀ ਗੱਲ ਹੀ ਗਵਾਤੀ ਉਹਨਾਂ ਦੀ ਇਸ ਨਵੀਂ ਰਾਮ ਕਹਾਣੀ ਨੇ ਮੇਰੇ ਵੀ ਕੰਨ ਖੜੇ ਕਰ ਦਿੱਤੇ ਮੇਰੀ ਕਥਾਵਾਚਕ ਦੇ ਵਿਚਾਰਾਂ ਵੱਲੋਂ ਪੂਰੀ ਤਰ੍ਹਾਂ ਗੈਰਹਾਜ਼ਰੀ ਲੱਗਣੀ ਸ਼ੁਰੂ ਹੋ ਗਈ। ਖੈਰ ਬਾਕੀ ਦੀ ਸੰਗਤ ਮੁਗਧ ਹੋ ਕੇ ਕਥਾ ਸੁਣ ਰਹੀ ਸੀ। ਦਵਿੰਦਰ ਕੌਰ ਨੇ ਇੱਕ ਵਾਰ ਫਿਰ ਆਪਣੇ ਹਿਰਦੇ ਦੀ ਆਵਾਜ਼ ਬਾਹਰ ਕੱਢਣੀ ਸ਼ੁਰੂ ਕੀਤੀ। ਇਸ ਬੁੱਢੜੇ ਨੇ ਇੱਕ ਕਲੀ ਵਰਗੀ ਕੋਮਲ ਕਿਥੋਂ ਵਿਆਹ ਲਿਆਂਦੀ ਮਾਪੇ ਵੀ ਅੰਨੇ ਵਾ ਕੈਨੇਡਾ ਦੇ ਲਾਲਚੀਆਂ ਨੂੰ ਪਿਓ ਦਾਦੇ ਦੇ ਹਾਣੀ ਬੁੱਢਿਆਂ ਨਾਲ ਤੋੜ ਦਿੰਦੇ ਨੇ। ਨਾ ਨਹੀਂ ਭੈਣੇ ਦਵਿੰਦਰ ਕੌਰ ਇਹੰਜ ਨਾ ਸੋਚ ਇਸ ਬਜ਼ੁਰਗ ਨੇ ਤਾਂ ਉਸ ਕੁੜੀ ਤੇ ਬੜਾ ਐਹਸਾਨ ਕੀਤਾ ਦਲਬੀਰ ਕੌਰ ਉਸ ਬੁੱਢੇ ਦੀ ਤਰਫਦਾਰੀ ਕਰਦੀ ਹੋਈ ਬੋਲੀ ਵੇਖ ਨਾ ਤੇਰੇ ਮੇਰੇ ਅਰਗੀਤ ਐਵੇਂ ਗੱਲਾਂ ਬਣਾਉਣ ਜੋਗੇ ਨਹੀਂ ਜਿਵੇਂ ਇੱਕ ਦਿਨ ਵਿਚਾਰਾ ਤਾਰਾ ਉੰਜ ਨਾ ਨਾਂ ਤਾਂ ਉਹਦਾ ਜਗਤਾਰ ਸਿੰਘ ਹੈ ਪਰ ਅਸੀਂ ਤਾਰਾ ਹੀ ਕਹਿੰਨੇ ਆ ਬਾਹਰ ਆਪਣੀ ਕੁੜੀ ਨਾਲ ਘਰ ਦੇ ਮੂਹਰੇ ਬੈਠਾ ਸੀ ਤੇ ਸਾਡੇ ਘਰਾਂ ਸਾਹਮਣੇ ਵਾਲੇ ਘਰ 'ਚ ਰਹਿੰਦੇ ਸਤਨਾਮ ਸਿੰਘ ਦਾ ਪਿਓ ਨਵਾਂ ਨਵਾਂ ਇੰਡੀਆ ਤੋਂ ਆਇਆ ਸੀ ਕੈਨ ਲਗਾ ਆਪਣੀ ਪੋਤੀ ਨੂੰ ਆਖ ਮੇਰੀ ਪੋਤੀ ਨਾਲ ਖੇਡੇ ਭਲਾਉ ਨੂੰ ਕੀ ਪਤਾ ਸੀ ਉਹ ਤਾਰੇ ਦੀ ਕੁੜੀ ਹੈ ਜਾਂ ਪੋਤੀ ਸੁਣ ਕੇ ਤਾਰਾ ਅੱਗ ਬਬੂਲਾ ਹੋ ਗਿਆ ਉਹਨੂੰ ਕਈ ਕੁਝ ਬੁਰਾ ਭਲਾ ਕਹਿ ਗਿਆ ਉਹ ਬਜ਼ੁਰਗ ਤਾਰੇ ਤੋਂ ਮਾਫੀ ਮੰਗ ਕੇ ਛੁੱਟਾ ਇੱਕ ਤਾਂ ਵਿਚਾਰੇ ਨੇ ਨਿੰਮੋ ਤੇ ਡਾਬ ਡਹਿਸਾਨ ਕੀਤਾ ਸੀ ਦੂਸਰਾ ਲੋਕਾਂ ਦੀ ਗੱਲਾਂ ਸੁਣਦਾ ਦਵਿੰਦਰ ਕੌਰ ਸੁਣ ਕੇ ਕਹਿਣ ਲੱਗੀ ਭਲਾਏ ਦੇ ਚ ਵਿਚਾਰੇ ਵਾਲੀ ਕਿਹੜੀ ਗੱਲ ਹੈ ਭਲਾ ਤੈਨੂੰ ਇਹਦੇ ਤੇ ਇੰਨਾ ਤਰਸ ਕਿਉਂ ਆ ਰਿਹਾ ਮੈਨੂੰ ਤਾਂ ਇਹਨਾਂ ਬੁੱਢਿਆਂ ਤੇ ਬਹੁਤ ਗੁੱਸਾ ਆਉਂਦਾ ਹੈ ਅਗਲੇ ਪਾਸੇ ਜਾਣ ਦੀ ਤਿਆਰੀ ਕਰਨ ਦੀ ਬਜਾਏ ਵਿਆਹ ਰਚਾਉਣ ਬੈਠ ਜਾਂਦੇ ਨੇ ਕੁੜੀਆਂ ਵੀ ਪਤਾ ਨਹੀਂ ਕਿਉਂ ਇਹਨਾਂ ਨਾਲ ਤੁਰ ਪੈਂਦੀਆਂ ਨੇ ਕਿਸੇ ਗਰੀਬ ਮਾਪਿਆਂ ਦੀ ਧੀ ਹੋਣੀ ਹੈ ਮਾਪਿਆਂ ਆਪ ਇੱਥੇ ਆਉਣ ਦੀ ਖਾਤਰ ਧੀ ਦੇ ਅਰਮਾਨਾਂ ਨੂੰ ਦਾਤੇ ਲਾਤਾ ਹੋਣਾ ਦਵਿੰਦਰ ਕੌਰ ਨੂੰ ਇੱਕੋ ਸਾਹਿਬ ਬੋਲੀ ਜਾਂਦੀ ਵੇਖ ਕੇ ਦਲਬੀਰ ਕੌਰ ਬੋਲੀ ਮੈਂ ਵੀ ਪਹਿਲਾਂ ਇਸੇ ਤਰ੍ਹਾਂ ਸੋਚਦੀ ਸੀ ਜਦੋਂ ਦੀ ਇਹਨਾਂ ਦੀ ਅਸਲ ਕਹਾਣੀ ਮੇਰੀ ਧੀ ਨੇ ਦੱਸੀ ਹੈ ਜੋ ਇਹਨਾਂ ਦੇ ਘਰ ਆਮ ਜਾਂਦੀ ਰਹਿੰਦੀ ਹੈ ਮੈਨੂੰ ਤਾਂ ਦੋਹਾਂ ਤੇ ਬਹੁਤ ਤਰਸਜੈ ਆਉਣ ਲੱਗ ਪਿਆ ਜਗਤਾਰ ਸਿੰਘ ਜਿਹਨੂੰ ਅਸੀਂ ਤਾਰਾ ਤੇ ਮਜ਼ਾਕ ਨਾਲ ਘਰ ਗੱਲਾਂ ਕਰਦੇ ਆਂ ਤੇ ਕਈ ਵਾਰ ਰਾਂਝਾ ਵੀ ਕਹਿ ਦਿੰਨੇ ਆਂ ਬੜੇ ਰੰਗੀਲੇ ਜਿਹੇ ਸੁਭਾਅ ਦਾ ਮਾਲਕ ਹੈ ਵਿਚਾਰੇ ਦੀ ਘਰ ਵਾਲੀ ਅਚਾਨਕ ਹਾਰਟ ਅਟੈਕ ਨਾਲ ਸੁਰਗਵਾਸ ਹੋ ਗਈ ਉਹਦਾ ਇੱਕੋ ਇੱਕ ਪੁੱਤ ਸੀ ਪੁੱਤ ਨੂੰ ਨੇ ਇੱਕ ਦਿਨ ਵੀ ਰੋਟੀ ਨਾ ਪਕਾਈ ਤੇ ਨਾ ਹੀ ਘਰ ਰੱਖਿਆ ਤੇ ਜਗਤਾਰ ਸਿੰਘ ਵੀ ਕਹਿਣ ਲੱਗਾ ਮੈਂ ਤੁਹਾਨੂੰ ਆਪਣੇ ਘਰ ਆਪਣਾ ਘਰ ਵਸਾ ਕੇ ਦਿਖਾਵਾਂਗਾ ਉਹਨੇ ਟਿਕਟ ਲਈ ਇੰਡੀਆ ਪਹੁੰਚ ਕੇ ਅਖਬਾਰਾਂ ਵਿਆਹ ਕਰਾਉਣ ਦਾ ਇਸ਼ਤਿਹਾਰ ਜਾ ਦਿੱਤਾ ਇਹ ਦੱਸਦਾ ਹੁੰਦਾ ਹੈ ਕਿ 200 ਤੋਂ ਵੱਧ ਰਿਸ਼ਤਾ ਕਰਨ ਵਾਲਿਆਂ ਦੇ ਖਾਤੇ ਆਏ ਇਹਨੇ ਸਿਰਫ ਨਿੰਮੋ ਦੇ ਰਿਸ਼ਤੇ ਲਈ ਹਾਂ ਕੀਤੀ ਕਿਉਂਕਿ ਇਸ ਵਿਚਾਰੀ ਨੂੰ ਕੈਨੇਡਾ ਤੋਂ ਗਿਆ ਮੁੰਡਾ ਵਿਆਹ ਕੇ ਛੱਡ ਆਇਆ ਸੀ ਵਿਚਾਰੀ ਦੇ ਮਾਪੇ ਵਿਆਹ ਤੋਂ ਬਾਅਦ ਮੁੰਡੇ ਵਾਲਿਆਂ ਵੱਲੋਂ ਮੰਗੀਕਾਰ ਦੇ ਪੈਸੇ ਦੇਣ ਤੋਂ ਅਸਮਰਥ ਸੀ ਭਲਾ ਇਹੋ ਜਿਹੇ ਮੁੰਡਿਆਂ ਨੂੰ ਫੋਕਣਾ ਜਿਹੜੇ ਬਗਾਨੀਆਂ ਧੀਆਂ ਨੂੰ ਦਾਗੀ ਕਰਕੇ ਛੱਡ ਆਉਂਦੇ ਨੇ ਰੋਹ ਚ ਆਉਂਦੀ ਹੋਈ ਦਵਿੰਦਰ ਕੌਰ ਬੋਲੀ ਇਹਨੂੰ ਕੋਈ 50 60 ਸਾਲ ਦੀ ਔਰਤ ਨਾਲ ਲੱਭੀ ਜੇਕਰ ਨਹੀਂ ਸੀ ਰੋਟੀ ਪੱਕਦੀ ਤਾਂ ਨਰਸਿੰਗ ਹੋਮ 'ਚ ਜਾ ਬੈਠਦਾ ਕਿਸੇ ਕੋਮਲ ਸਰੀਰ ਦੀ ਲੜਕੁੜੀ ਦੇ ਅੰਗਾਂ ਨੂੰ ਤਾਂ ਨਾ ਆਪਣਾਏ ਸੁੱਕੀਆਂ ਲੱਕੜਾਂ ਵਰਗੇ ਹੱਡਾਂ ਨਾਲ ਖਸਾਉਂਦਾ ਇਹ ਕੋਈ ਆਸਾਨ ਨਹੀਂ ਸਗੋਂ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਣਾ ਲੱਗਦਾ ਸ਼ੁਕਰ ਕਰੇ ਰੱਬ ਦਾ ਕਿਤੇ 에어ਪੋਰਟ ਤੇ ਆਉਂਦੀ ਨਹੀਂ ਭੱਜ ਗਈ ਇੱਥੇ ਤਾਂ ਚੰਗੇ ਭਲੇ ਨੌਜਵਾਨ ਵਿਆਹ ਕਿ ਲਿਆਉਂਦੇ ਨੇ ਤੇ ਉਹਨੂੰ ਛੱਡ ਕੇ 에어ਪੋਰਟ ਤੋਂ ਕਿਸੇ ਦੂਜੇ ਪਾਸੇ ਤੁਰ ਜਾਂਦੀਆਂ ਨੇ ਅਗਲੇ ਖੜੇ ਦੇਖਦੇ ਰਹਿੰਦੇ ਨੇ ਯਾ ਫਿਰ ਲੱਭਦੇ ਰਹਿੰਦੇ ਨੇ ਪਹਿਲਾਂ ਤਾਂ ਮੁੰਡੇ 에ਰਪੋਰਟਾਂ ਤੋਂ ਭੱਜਦੇ ਸੀ ਹੁਣ ਤਾਂ ਕੁੜੀਆਂ ਵੀ ਘਟ ਨਹੀਂ ਕਰਦੀਆਂ 에ਰਪੋਰਟਾਂ ਤੋਂ ਭੱਜਣ ਚ ਜ਼ਰਾ ਤਲਖੀ ਚ ਆਉਂਦੀ ਦਲਬੀਰ ਕੌਰ ਕਹਿਣ ਲੱਗੀ ਮੈਂ ਤਾਂ ਸੋਚਦੀ ਆ ਜੇ ਕਿਤੇ ਤਾਰਾ ਤੇਰੇ ਗਵਾਂ ਚ ਰਹਿੰਦਾ ਹੁੰਦਾ ਤਾਂ ਤੂੰ ਜ਼ਰੂਰ ਰਜਈਆਂ ਗੱਲਾਂ ਕਰਕੇ ਨਿਮੋ ਨੂੰ ਭੁਜਾ ਦਿੰਦੀ ਕੁਝ ਮਿੰਟਾਂ ਲਈ ਦੋਵੇਂ ਚੁੱਪ ਕਰ ਗਈਆਂ ਮੈਨੂੰ ਇੰਨਾ ਮਜ਼ਾ ਬਾਬੇ ਦੀ ਕਥਾ ਤੋਂ ਨਹੀਂ ਸੀ ਆ ਰਿਹਾ ਜਿੰਨਾ ਉਹਨਾਂ ਦੀਆਂ ਗੱਲਾਂ ਸੁਣਨ ਤੋਂ ਆ ਰਿਹਾ ਸੀ ਅੱਗੇ ਕੀ ਬੋਲਣਗੀਆਂ ਮੈਂ ਆਪਣੇ ਕੰਨ ਪੂਰੀ ਤਰ੍ਹਾਂ ਖੋਲ ਕੇ ਬੈਠੀ ਹੋਈ ਸੀ ਸੁਣ ਦਲਬੀਰ ਕੋਰੇ ਚਲੋ ਮੰਨਿਆ ਜੇ ਉਹਨੇ ਇਹ ਜਵਾਨ ਕੁੜੀ ਵਿਆਹੀ ਲਿਆਂਦੀ ਤਾਂ ਬੁੱਢੇ ਬਾਰੇ ਜਵਾਕੜੀ ਜੰਮਣ ਦੀ ਕੀ ਲੋੜ ਪਈ ਸੀ ਜਦੋਂ ਤੱਕ ਇਹਨੇ ਵੱਡੀ ਹੋਣਾ ਇਸ ਬੁੱਢੇ ਨੇ ਤਾਂ ਅਗਲੇ ਪਾਸੇ ਪਹੁੰਚ ਜਾਣਾ ਇਹਦੀ ਵਿਆਹ ਸਮੇ ਪਿਓ ਦੀ ਥਾਂ ਕਿਹਨੂੰ ਖੜਾ ਕਰੂਗੀ ਉੰਜ ਜੇ ਕੱਲੀ ਹੁੰਦੀ ਤਾਂ ਬੁੱਢੜੇ ਦੇ ਅਗਲੇ ਪਾਸੇ ਗਏ ਤੋਂ ਕੋਈ ਖਾਨ ਪਰਵਾਨ ਤਾਂ ਲੱਭ ਕੇ ਵਿਆਹ ਕਰਵਾ ਲੈਂਦੀ ਹੁਣ ਇਸ ਜਵਾਕੜੀ ਨੂੰ ਕਿੱਥੇ ਘੜੀਸਦੀ ਫਿਰੂ ਫਿਰ ਉਹ ਆਪੇ ਕਹਿਣ ਲੱਗੀ ਇਸ ਬੁੱਢੜੇ ਦਾ ਕੀ ਪਤਾ ਕਿੰਨਾ ਚਿਰ ਜਿਉਂਦੇ ਰਹਿਣਾ ਮੇਰੀ ਬੇਬੇ ਕੱਲ ਸੁਣਾਉਂਦੀ ਹੁੰਦੀ ਸੀ ਇਹ ਵੀ ਇੱਕ ਬੁੱਢਾ ਇੰਗਲੈਂਡ ਤੋਂ ਆਪਣੀ ਘਰ ਵਾਲੀ ਦੇ ਅਸਥ ਲੈ ਕੇ ਇੰਡੀਆ ਗਿਆ। ਉਹਦੀਆਂ ਦੋ ਕੁੜੀਆਂ ਸੀ, ਮੁੰਡਾ ਨਹੀਂ ਸੀ। ਉਹਦੇ ਰਿਸ਼ਤੇਦਾਰਾਂ ਕਹਿ ਸੁਣ ਕੇ ਉਹਨੂੰ ਵਿਆਹ ਲਈ ਰਾਜ਼ੀ ਕਰ ਲਿਆ ਤੇ ਆਪੇ ਹੀ ਕਿਸੇ ਨੌਜਵਾਨ ਕੁੜੀ ਦਾ ਰਿਸ਼ਤਾ ਵੀ ਕਰਵਾ ਦਿੱਤਾ। ਉਹ ਕੁੜੀ ਵਿਆਹ ਕਰਾਉਣ ਨੂੰ ਨਾ ਮੰਨੇ। ਉਸ ਬੁੱਢੇ ਨੂੰ ਕਿਸੇ ਸਲਾਹ ਦਿੱਤੀ ਕਿ ਮੰਗਣੀ 'ਚ ਚੰਗਾ ਭਾਰਾ ਰਾਣੀ ਹਾਰ ਬਣਾ ਕੇ ਕੁੜੀ ਨੂੰ ਭੇਜੇ। ਸੱਚੀ ਮੁੱਚੀ ਉਹ ਰਾਣੀ ਹਾਰ ਦੇਖ ਕੇ ਵਿਆਹ ਕਰਾਉਣ ਲਈ ਮੰਨ ਗਈ। ਕਿ ਚਲੋ ਬੁੱਢਾ ਤਾਂ ਕੁਝ ਥੇਰ ਬਾਅਦ ਅਗਲੇ ਪਾਸੇ ਚਲਾ ਜਾਊਗਾ ਤੇ ਮੈਂ ਇੰਨਾ ਸੋਹਣਾ ਰਾਣੀ ਹਾਰ ਤਾਂ ਪਾਵਾਂਗੀ ਪਰ ਗੱਲ ਇਹਦੇ ਉਲਟ ਹੋ ਗਈ ਬੁੱਢਾ ਦੋ ਤਿਆਂ ਪੋਤਿਆਂ ਵਾਲਾ ਹੋਣ ਦੇ ਬਾਅਦ 100 ਸਾਲ ਤੱਕ ਜਿਉਂਦਾ ਰਿਹਾ ਗੱਲ ਸੁਣ ਕੇ ਦਲਵੀਰ ਕੌਰ ਤਾਰੇ ਦੀ ਤਰਫਦਾਰੀ ਕਰਦੀ ਬੋਲੀ ਦਵਿੰਦਰ ਕੌਰੇ ਐਵੇਂ ਨਾ ਵਿਚਾਰੇ ਤਾਰੇ ਨੂੰ ਅਗਲੇ ਪਾਸੇ ਤੋਰਨ ਦੀ ਸੋਚੀ ਜਾ ਇਹਨੇ ਵੀ ਇਸ ਉਸ ਇੰਗਲੈਂਡ ਵਾਲੇ ਬੁੱਢੇ ਵਾਂਗ ਖੋਰੇ ਕਿੰਨਾ ਚਿਰ ਜਿਉਣਾ ਨਾਲੇ ਛਾਡੇ ਨਾ ਗੱਲਾਂ ਨੂੰ ਘੜੀ ਰੱਬ ਦਾ ਨਾਮ ਵੀ ਸੁਣ ਲਈਏ ਪਲ ਦੀ ਪਲ ਦੋਵੇਂ ਜਣੀਆਂ ਫਿਰ ਚੁੱਪ ਕਰ ਗਈਆਂ ਮੈਨੂੰ ਲੱਗਾ ਜਿਵੇਂ ਮੇਰੇ ਲੱਗੇ ਪਏ ਹੋਏ ਟੀਵੀ ਉੱਤੇ ਚੱਲਦੇ ਸ਼ੋਅ ਵਿੱਚਲੇ ਪਾਤਰਾਂ ਦੀ ਆਵਾਜ਼ ਬੰਦ ਹੋ ਗਈ ਹੋਵੇ। ਮੈਂ ਉਹਨਾਂ ਵੱਲੋਂ ਨਵਾਂ ਐਪੀਸੋਡ ਸ਼ੁਰੂ ਹੋਣ ਦੀ ਉਡੀਕ ਕਰਨ ਲੱਗੀ। ਮੈਨੂੰ ਲੱਗਾ ਜਿਵੇਂ ਦਵਿੰਦਰ ਕੌਰ ਚੁੱਪ ਕਰਕੇ ਆਪਣੀਆਂ ਯਾਦਾਂ ਦੀ ਪਟਾਰੀ ਵਿੱਚ ਕਿਸੇ ਸੁਪیرے ਦੀ ਤਰ੍ਹਾਂ ਕੋਈ ਨਵਾਂ ਸੁਪੋਲੀਆ ਕੱਢ ਰਹੀ ਹੋਵੇ। ਉਕੁਝ ਮਿੰਟਾਂ ਦੀ ਚੁੱਪ ਤੋਂ ਬਾਅਦ ਬੋਲੀ ਲੈ ਸੁਣ ਐਸਾਨ ਕਰਨ ਦੀ ਗੱਲ ਇੱਕ ਹੋਰ ਕਹਾਣੀ ਮੇਰੀ ਬੀਬੀ ਜਦੋਂ ਅਸੀਂ ਛੋਟੀਆਂ ਹੁੰਦੀਆਂ ਸੀ ਸੁਣਾਇਆ ਕਰਦੀ ਸੀ ਉਦੋਂ ਬੀਬੀ ਦੇ ਕਿੰਨੇ ਰਿਸ਼ਤੇਦਾਰ ਇੰਗਲੈਂਡ ਗਏ ਹੋਏ ਸੀ ਤੇ ਨਿਤ ਨਵੀਆਂ-ਨਵੀਆਂ ਗੱਲਾਂ ਬੁੱਢਿਆਂ ਦੇ ਵਿਆਹਾਂ ਦੀਆਂ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀ ਕਿਉਂਕਿ ਉਦੋਂ ਵਿਆਹਾਂ ਤੋਂ ਬਾਅਦ ਮੁੰਡੇ ਕੁੜੀਆਂ ਕੈਨੇਡਾ ਦੀ ਤਰ੍ਹਾਂ ਆਪਣੇ ਪਰਿਵਾਰਾਂ ਨੂੰ ਮੰਗਾ ਲੈਂਦੇ ਸੀ ਲੈ ਹੁਣ ਇੱਕ ਹੋਰ ਬੁੱਢੇ ਦੀ ਬਹਾਦਰੀ ਦੀ ਗੱਲ ਸੌ ਉਹ ਬੁੱਢਾ ਵੀ ਆਪਣੀ ਪਤਨੀ ਦੇ ਮਰਨ ਤੋਂ ਬਾਅਦ ਜਦੋਂ ਇੰਡੀਆ ਗਿਆ ਤਾ ਲੋਕ ਰਿਸ਼ਤਾ ਕਰਨ ਲਈ ਵੀ ਹੀਰਾਂ ਘੱਟ ਕੇ ਆਉਣ ਲੱਗੇ ਬੁੱਢੇ ਦੇ ਨਾਂ ਕਰਨ ਤੇ ਇੱਕ ਮਾਂ-ਬਾਪ ਤਾਂ ਉਹਦੇ ਖੜੀ ਪੈ ਗਏ ਕਿ ਤੂੰ ਸਾਡੀ ਕੁੜੀ ਨਾਲ ਜ਼ਰੂਰ ਵਿਆਹ ਕਰਵਾ ਅਸੀਂ ਬਹੁਤ ਗਰੀਬ ਆ ਇੰਗਲੈਂਡ ਜਾ ਕੇ ਇਹ ਸਾਨੂੰ ਮੰਗਾ ਲਏਗੀ ਤੇ ਸਾਡੀ ਵੀ ਗਰੀਬੀ ਨਿਕਲ ਜਾਊਗੀ ਬਹੁਤ ਜ਼ੋਰ ਪਾਉਣ ਤੇ ਬੁੱਢੇ ਨੇ ਹਾਂ ਕਰ ਦਿੱਤੀ ਉਹ ਕੁੜੀ ਬਹੁਤ ਸੋਹਣੀ ਸੀ ਨੀਰੀ ਅੰਗਰੇਜ਼ਾਂ ਮੇਂ ਵੀ ਲੱਗਦੀ ਸੀ ਬੁੱਢੇ ਨੇ ਇੰਗਲੈਂਡ ਜਾ ਕੇ ਉਹਦੀ ਰਾਹਦਾਰੀ ਭੇਜ ਦਿੱਤੀ ਉਦੋਂ ਰਾਹਦਾਰੀਆਂ ਤੇ ਹੀ ਲੋਕ ਇੰਗਲੈਂਡ ਕੈਨੇਡਾ ਪਹੁੰਚ ਜਾਂਦੇ ਸੀ ਗੱਲ ਕਿ ਬੁੱਢੇ ਨੇ ਉਸ ਕੁੜੀ ਨੂੰ ਮੰਗਵਾਉਣ ਲਈ 6 ਮਹੀਨੇ ਨਵੀਨਾਂ ਲਾਇ ਤੇ ਇੰਗਲੈਂਡ ਉਸ ਕੁੜੀ ਨੂੰ ਮੰਗਵਾ ਕੇ ਉਹਨੇ ਆਪਣੇ ਹੱਥੀ ਉਹਦੇ ਹਾਨ ਪਰਵਾਨ ਦਾ ਮੁੰਡਾ ਲੱਭ ਕੇ ਵਿਆਹ ਕਰਤਾ ਸਾਰੇ ਕਾਰਵਿਹਾਰਿਕ ਪਿਓ ਦੀ ਤਰੰਗ ਕੀਤੀ ਫਲਾਇਸਾਨ ਉਸ ਬੁੱਢੇ ਨੇ ਕੀਤਾ ਜਾਂ ਤੁਹਾਡੇ ਗਵੰਡੀ ਤਾਰੇ ਨੇ ਦਵਿੰਦਰ ਕੌਰ ਵੱਲੋਂ ਉਸ ਬੁੱਢੇ ਦੀ ਕਹਾਣੀ ਸੁਣ ਕੇ ਦਲਬੀਰ ਕੌਰ ਬੋਲੀ ਦਵਿੰਦਰ ਕੌਰ ਇਹ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਇੰਜ ਵੀ ਹੋ ਸਕਦਾ ਹੈ ਗੱਲ ਤਾਂ ਤੇਰੀ ਬਿਲਕੁਲ ਠੀਕ ਹੈ ਪਰ ਕੌਣ ਸਮਝਾਵੇ ਇਹਨਾਂ ਮਾਪਿਆਂ ਤੇ ਬੁੱਢਿਆਂ ਨੂੰ ਬਿੱਤੀਆਂ ਨੂੰ ਆਪਣੀ ਗਰੀਬੀ ਤੇ ਗਰਜ਼ ਦੀ ਪੌੜੀ ਨਾ ਬਣਾਓ ਪਤਾ ਨਹੀਂ ਕਿੰਨਾ ਕਚੇਰੇ ਵਿਚਾਰੀਆਂ ਧੀਆਂ ਧਿਆਣੀਆਂ ਲਾਲਚ ਦੀ ਬਲੀ ਚੜਦੀਆਂ ਰਹਿਣਗੀਆਂ ਕਹਿੰਦੀ ਹੋਈ ਦਲਬੀਰ ਕੌਰ ਕਿਸੇ ਢੂੰਗੀ ਸੋਚ ਚ ਗਵਾਚ ਗਈ ਇਹਨੇ ਨੂੰ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਅਨੰਦ ਸਾਹਿਬ ਦੀਆਂ 6 ਪੌੜੀਆਂ ਪੜਨ ਤੋਂ ਬਾਅਦ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਅਰਦਾਸ ਤੇ ਹੁਕਮਨਾਮੇ ਤੋਂ ਬਾਅਦ ਬਾਕੀ ਦੀ ਸੰਗਤ ਵਾਂਗ ਮੈਂ ਵੀ ਲੰਗਰ ਛਕਿਆ ਤੇ ਘਰ ਆ ਪੁੱਜੀ ਸੌਣ ਤੋਂ ਪਹਿਲਾਂ ਮੈਂ ਪੈਨ ਤੇ ਪੇਪਰ ਚੁੱਕਿਆ ਕਹਾਣੀ ਲਿਖਦੀ ਹੋਈ ਉਹਨਾਂ ਦੋਹਾਂ ਦਾ एहसान ਜ਼ਰੂਰ ਮਹਿਸੂਸ ਕਰ ਰਹੀ ਸੀ ਜਿਨ੍ਹਾਂ ਨੇ ਮੇਰੀ ਕਲਮ ਦੀ ਝੋਲੀ 'ਚ ਇੱਕ ਹੋਰ ਕਹਾਣੀ ਲਿਖਣ ਦਾ ਵਿਸ਼ਾ ਦਿੱਤਾ ਸੀ ਧੰਨਵਾਦ